ਸਤਿ ਸ਼੍ਰੀ ਅਕਾਲ ਜੀ ਦੋਸਤੋ। ਇੱਕ ਹੱਥ ਬੰਨ ਕੇ ਬੇਨਤੀ ਹੈ, ਮੈਂ ਕੱਲ ਮਿੱਡੂ ਖੇੜੇ ਗਿਆ ਸੀ। ਮੈਥੋਂ ਉਸਦੇ ਡੈਡੀ ਦਾ, ਵਿੱਕੀ ਦਾ, ਭਰਾ ਦਾ, ਮਾਂ ਦਾ, ਘਰ ਵਾਲੀ ਦਾ ਨਹੀਂ ਦਰਦ ਦੇਖਿਆ। ਤੇ ਮੇਰੀ ਇੱਕ ਹੱਥ ਬੰਨ ਕੇ ਅਪੀਲ ਹੈ, ਜਿਹੜੇ ਉਹਦੀ ਮੌਤ ਨੂੰ ਗੈਂਗਵਾਰ ਨਾਲ ਜੋੜੀ ਜਾਂਦੇ, ਉਹ ਕਿਰਪਾ ਕਰਕੇ ਯਾਰ ਨਾ ਜੋੜੋ। ਵੀ ਕੀ ਸਾਡਾ ਭਰਾ ਇੱਕ ਵਧੀਆ ਨੇਤਾ ਸੀ ਤੇ ਵਧੀਆ ਭਰਾ ਸੀ। ਹੁਣ NSU ਵਾਲਿਆਂ ਨੇ ਉਹਦੀ ਵੀਡੀਓ ਪਾਈ ਹੈ, ਵੇਖੋ ਵਿਰੋਧੀ ਪਾਰਟੀਆਂ ਵੀ ਜਿਹਨੂੰ ਸਲਾਉਣ ਉਹ ਕਿੱਡਾ ਮੁੰਡਾ ਚੰਗਾ ਹੋਊਗਾ। ਚੰਡੀਗੜ੍ਹ 'ਚ ਦੋ ਮੁੱਖ ਮੰਤਰੀ ਰਹਿੰਦੇ ਆ, ਦੋ ਗਵਰਨਰ ਰਹਿੰਦੇ ਆ, ਸਾਰੇ IAS, ਸਾਰੇ IPS, 117 ਪੰਜਾਬ ਦੇ MLA ਜਿੱਤੇ ਅਤੇ 117 ਹਰੇ, ਹਰਿਆਣੇ ਦੇ ਜਿੱਤੇ ਅਤੇ ਹਰੇ, ਸਾਰੇ ਹਰਿਆਣੇ ਦੇ ਅਫਸਰ ਉੱਥੇ ਰਹਿੰਦੇ ਆ। ਕਿੰਨੇ ਪੰਜਾਬ ਦੇ ਚੇਅਰਮੈਨ, ਕਿੰਨੇ ਅਮੀਰ ਲੋਕ, ਕਿੰਨੇ ਬਿਜ਼ਨਸਮੈਨ, ਕਿੰਨੇ ਸਰਦਾਰ ਬੰਦੇ ਚੰਡੀਗੜ੍ਹ ਰਹਿੰਦੇ ਆ। ਉਹਨਾਂ ਦੇ ਬੱਚਿਆਂ ਦੇ ਵਿੱਚੋਂ ਦੀ ਆਪਦਾ ਨਾਂ ਬਣਾਉਣਾ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਔਖਾ ਹੈ। ਐਡੀ ਯੂਨੀਵਰਸਿਟੀ 'ਚ, ਰਾਜਧਾਨੀ ਦੇ ਵਿੱਚ, ਇੱਕ ਆਮ ਘਰ ਤੋਂ, ਆਮ ਮਤਲਬ ਇਹ ਨਹੀਂ ਵਧੀਆ ਜ਼ਮੀਨ ਜਾਇਦਾਦ ਸਰਦਾਰ ਖਾਨਦਾਨੀ ਸਰਦਾਰ ਬੰਦਾ ਸੀ, ਇੱਕ ਆਮ ਜੱਟ ਬੰਦਾ, ਇੱਕ ਸਰਪੰਚ ਦਾ ਬੇਟਾ ਜਾ ਕੇ ਰਾਜਧਾਨੀ ਦੇ ਵਿੱਚ 15 ਸਾਲ ਆਪਦਾ ਨਾਮ ਬਣਾਉਂਦਾ। ਸੋਪੂ ਪਾਰਟੀ ਦੇ ਵਿੱਚ ਉਹਨੇ ਕੰਮ ਕੀਤਾ, ਕਿੰਨੇ ਪ੍ਰਧਾਨ, ਕੱਲ੍ਹ ਮੈਂ ਉਹਦੇ ਘਰੇ ਦੇਖੇ, ਕੁਲਬੀਰ ਜੀਰਾ ਕਾਂਗਰਸ ਦਾ, ਕੱਟੜ ਕਾਂਗਰਸ MLA ਉਹਦਾ ਭਰਾ ਉੱਥੇ ਬੈਠਾ, ਢੀਂਡਸਾ ਗੁਰਜੋਤ ਢੀਂਡਸਾ ਉੱਥੇ ਬਹਿ ਕੇ ਵਿਚਾਰਾ ਦੁੱਖ ਮਨਾ ਰਿਹਾ। ਕਾਂਗਰਸ ਦੇ ਬੰਦੇ, ਆਪ ਪਾਰਟੀ ਦੇ ਬੰਦੇ, BJP ਦੇ ਬੰਦੇ, ਉਹਨੂੰ ਯਾਰ ਰੋਈ ਜਾਂਦੇ ਆ। ਸੱਚੀ ਸਹੁੰ ਲੱਗੇ ਕਿਤੇ ਰੋਈ ਨਹੀਂ ਸੀ, ਬਹੁਤਾ ਆਪਣਾ ਇੰਨਾ ਵੀ ਨਹੀਂ ਸੀ, ਕੋਈ ਰਿਸ਼ਤੇਦਾਰ ਸੀ ਪਰ ਯਾਰ ਸੀ। ਅਤੇ ਮੌਤ ਕਿਸੇ ਦੀ ਖਰਾਬ ਕਰਨੀ, ਉਸਦਾ ਸਿਆਸੀ ਸੋਚੀ ਸਮਝੀ ਚਾਲ ਤਹਿਤ ਕਤਲ ਹੋਇਆ। ਇੱਕ ਆਮ ਜੱਟਾਂ ਦੇ ਮੁੰਡੇ ਨੂੰ ਯੂਨੀਵਰਸਿਟੀ 'ਚ ਨਾਂ ਚੱਲਦਾ, ਚੰਡੀਗੜ੍ਹ 'ਚ ਨਾਂ ਬਣਾਉਣਾ, ਜਿਹੜੇ ਕੈਫੇ 'ਤੇ ਖੜਦਾ ਸੀ ਉੱਥੇ ਤੁਹਾਨੂੰ ਆਪ ਹੀ ਪਤਾ ਕੌਫੀ ਦਾ ਕੀ ਰੇਟ ਹੈ, 5-5, 4-4 ਹਜ਼ਾਰ ਰੁਪਈਆ ਮਿੰਟ 'ਚ ਖੁੱਲ ਜਾਂਦਾ। ਬਹੁਤ ਔਖਾ ਬਈ ਗਰੁੱਪ ਜੋੜਨੇ, ਬਹੁਤ ਔਖਾ ਮੁੰਡਿਆਂ 'ਚ, 93 ਮੁੰਡਿਆਂ 'ਚ, 2-2 ਕਰੋੜ ਦੀਆਂ ਕਾਰਾਂ ਜਿਨ੍ਹਾਂ ਕੋਲ, ਉਹਨਾਂ ਨਾਲ ਯਾਰੀਆਂ ਨਿਭਾਉਣੀਆਂ ਕੋਈ ਸੌਖੀਆਂ ਨਹੀਂ ਹੁੰਦੀਆਂ। ਸੋ ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ, ਸੱਚੇ ਯਾਰ ਨੂੰ ਸੱਚੀ ਸ਼ਰਧਾਂਜਲੀ ਹੈ। ਮੌਤ ਦਾ ਕਿੱਸਾ ਤਾਂ ਪੁਲਿਸ ਨੇ ਲੱਭ ਲੈਣਾ, ਪਰ ਆਪਾਂ ਸਾਰਾ ਕੁਛ ਬਾਹਰ ਆਉਣ ਤੋਂ ਪਹਿਲਾਂ ਹੀ ਇੱਕ ਪੋਸਟ ਪਾ ਕੇ ਕਿਸੇ ਦੀ ਮਿੱਟੀ ਪੱਟ ਦਿੰਦੇ ਹਾਂ ਵੀ ਫਲਾਨਾ ਇਹ ਸੀ ਜੀ, ਫਲਾਨਾ ਇਹ ਸੀ। ਕਿਰਪਾ ਕਰਕੇ ਯਾਰ ਜਿੰਨਾ ਚਿਰ ਉਹਦੀ ਗੁੱਥੀ ਨਹੀਂ ਸੁਝਲਦੀ, ਕਾਤਲ ਕੌਣ ਹੈ, ਕਿਸ ਮਕਸਦ ਵਾਸਤੇ ਕੀਤਾ, ਉਹਨਾਂ ਚਿਰ ਆਪਾਂ ਆਪਣੇ ਯਾਰ ਨੂੰ, ਇੱਕ ਨੇਤਾ ਸੀ 15 ਸਾਲ, ਤੁਸੀਂ ਵੇਖੋ ਕੋਈ ਪਿੰਡ ਦੇ ਵਾਰਡ 'ਚ ਮੈਂਬਰ ਨਹੀਂ ਬਣ ਦਿੰਦਾ 15 ਸਾਲ। ਦੇਸ਼ ਦੀ ਉਸ ਰਾਜਧਾਨੀ ਜਿਹਨੂੰ ਚੰਡੀਗੜ੍ਹ ਨਾਂ ਸੁਣ ਕੇ ਅਗਲੇ ਕੰਪ ਜਾਂਦੇ ਆ, ਉੱਥੇ 9-10 ਸੈਕਟਰਾਂ ਦੇ ਵਿੱਚ ਆਪਦਾ ਨਾਂ ਕਮਾਉਣਾ, ਯਾਰ ਤੁਹਾਡੇ ਹਿੱਸੇ ਨਹੀਂ ਆਇਆ, ਮੇਰੇ ਹਿੱਸੇ ਨਹੀਂ ਆਇਆ, ਕਿੰਨੇ MLA MP ਆ ਉਹਨਾਂ ਦੇ ਬੱਚਿਆਂ ਦੇ ਹਿੱਸੇ ਨਹੀਂ ਆਇਆ। ਉਹ MLA ਮੰਤਰੀਆਂ ਦਾ ਵੀ ਜੀ ਕਰਦਾ ਕਿ ਮੇਰੇ ਬੱਚੇ ਦਾ ਨਾਂ ਚੱਲੇ, ਪਰ ਜਿਹੜੀਆਂ ਮੱਥੇ ਦੀਆਂ ਤਕਦੀਰਾਂ ਇਹ ਵਿੱਕੀ ਦੇ ਪਰਮਾਤਮਾ ਨੇ ਲਿਖ ਕੇ ਕੱਲੀਆਂ ਸੀ। ਜਿੰਨਾ ਕੁ ਪਾਰਟੀ ਦੇ ਇੱਕ ਵਰਕਰਾਂ ਦਾ ਲਿਹਾਜ਼ ਹੁੰਦਾ ਉਹਨਾਂ ਕੁ ਆਪਣਾ ਲਿਹਾਜ਼ ਸੀ, ਪਰ ਜਦੋਂ ਮਿਲਦਾ ਸੀ ਭੱਜ ਕੇ ਗੋਡੀਆਂ ਹੱਥ ਲਾਉਣੇ, ਬਾਈ ਜੀ ਬਾਈ ਜੀ ਬਾਈ ਜੀ ਕਰਕੇ। ਇਸ ਕਰਕੇ ਹੱਥ ਬੰਨ ਕੇ ਪੀ ਲੈ ਬਈ, ਨਾ ਯਾਰ ਕਿਸੇ ਦੀ ਮੌਤ ਨੂੰ ਆਪਾਂ ਨਾ ਖਰਾਬ ਕਰੀਏ। ਸਮਾਂ ਦੀ ਫਕਰ ਹੋਣਾ ਚਾਹੀਦਾ ਇੱਕ ਕਿਸਾਨਾਂ ਨੂੰ, ਇੱਕ ਮਜ਼ਦੂਰਾਂ ਨੂੰ, ਕਿ ਕਿਸਾਨ ਮਜ਼ਦੂਰ ਦੇ ਘਰੋਂ ਕੋਈ ਮੁੰਡਾ ਉੱਠ ਕੇ ਰਾਜਧਾਨੀ 'ਚ ਆਪਦਾ ਸਿੱਕਾ ਚਲਾਉਂਦਾ, ਆਪਦਾ ਨਾਂ ਬਣਾਉਂਦਾ। ਸਭ ਤੋਂ ਵੱਡਾ ਬਈ ਸਿੱਕਾ ਚਲਾਉਣਾ ਨਹੀਂ ਹੁੰਦਾ, ਸਿੱਕਾ ਤਾਂ ਦਾਊ ਦਾ ਵੀ ਚੱਲੀ ਜਾਂਦਾ। ਸਿੱਕਾ ਉਹ ਹੁੰਦਾ
ਜਿੱਥੇ 10 ਭਰਾ ਭੱਜ ਕੇ ਕਹਿਣ ਸਾਡਾ ਯਾਰ ਆ ਗਿਆ। ਹੁਣ ਇਹਨਾਂ ਦੀ ਜੋੜੀ ਸੀ ਭੀਮ ਹੋਇਆ ਬਾਈ, ਰੋਬਨ ਹੋਇਆ, ਰੋਬਨ ਨੇ 10 ਸਾਲ ਪਹਿਲਾਂ ਬਈ ਉੱਥੇ ਪ੍ਰਧਾਨਗੀ ਕੀਤੀ। ਯੂਨੀਵਰਸਿਟੀ ਦੀ ਪ੍ਰਧਾਨਗੀ ਕਰਨੀ ਕੋਈ ਸੌਖੀ ਨਹੀਂ, ਇੱਥੇ ਆਪਾਂ ਜੇ ਕਿਸੇ ਨੂੰ ਅਹੁਦਾ ਮਿਲ ਜਾਂਦਾ ਉਹਦੇ ਮਗਰ ਪੈ ਜਾਂਦੇ, ਯਾਰ ਇਹ ਤਾਂ ਬਾਦਲਾਂ ਦੇ ਨੇੜੇ ਸੀ ਅਹੁਦਾ ਲੈ ਗਿਆ। ਨਹੀਂ ਬਾਈ ਜੀ, ਸਾਰਾ ਨਿਚੋੜ ਕੱਢ ਕੇ ਪਾਰਟੀਆਂ ਅਹੁਦੇ ਦਿੰਦੀਆਂ, ਇਹਨਾਂ ਬੰਦਿਆਂ ਨੇ ਘਾਲਣਾ ਘਾਲੀ। ਬਾਈ ਬੰਟੀ ਦਾ ਵੇਖ ਕੇ ਕੱਲ ਮੈਂ ਚਿਹਰਾ ਪੜ ਗਿਆ, ਇਹਨਾਂ ਅੱਖਾਂ 'ਚੋਂ ਉਹਦੇ ਪਾਣੀ ਆ ਰਿਹਾ ਸੀ। ਇਹ ਤਾਂ ਜਦੋਂ ਹੁਣ ਬੰਦਾ ਤੁਰ ਜਾਂਦਾ ਉਦੋਂ ਬਾਅਦ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਹੈ। ਜਦੋਂ ਹੁਣ ਵਿੱਕੀ ਦਾ ਘਾਟਾ ਮੇਰੇ ਹਿਸਾਬ ਮੁਤਾਬਕ ਤਾਂ ਪੂਰਾ ਹੋ ਹੀ ਨਹੀਂ ਸਕਦਾ। ਜਿਹੜਾ ਪਰਿਵਾਰ ਹੈ, ਪਰਿਵਾਰ ਤਾਂ ਅਨਰਥ ਹੋ ਗਿਆ। ਕੱਲ੍ਹ ਉਹਦੇ ਭਰਾ ਨੂੰ ਵਿਚਾਰੇ ਨੂੰ ਕੋਈ ਗੱਲ ਨਹੀਂ ਆਉਂਦੀ ਸੀ, ਲੋਕ ਪੁੱਛਦੇ ਸੀ ਵੀ ਕੀ ਹੋਇਆ, ਉਹਦਾ ਬਾਈ ਕੁਛ ਨਹੀਂ ਪੁੱਛਿਆ, ਲਾਸ਼ ਚੱਕੀ ਤੇ ਘਰੇ ਆ ਗਿਆ। ਤਾਂ ਮੈਂ ਆਪਦਾ ਪੁੱਤ ਤੋਰ ਲਿਆ, ਮੇਰਾ ਪੁੱਤ ਗਿਆ, ਉਹਦਾ ਬ੍ਰੇਕਫਾਸਟ ਮੈਂ ਕਰਾਉਂਦਾ ਸੀ, ਉਹਦਾ ਨਹੀਂ ਇਹ ਫੋਨ ਸੁਣਦਾ ਸੁਣਦਾ ਹੀ ਤੁਰ ਜਾਂਦਾ ਸੀ। ਸੋ ਦੋਸਤੋ, ਮੇਰੀ ਤਾਂ ਇੱਕ ਅਪੀਲ ਹੈ ਕਿ ਆਪਣੇ ਭਰਾ ਦੀ ਮੌਤ ਦਾ ਆਪਾਂ ਜਿਹੜੇ ਪੋਸਟਾਂ ਫਲਾਣੇ ਨੇ ਕੀਤਾ ਫਲਾਣੇ ਨੇ ਕਰਤਾ, ਸੋਚ ਸਮਝ ਕੇ ਆਪਾਂ, ਇੱਕ ਨੇਤਾ ਦੀ ਮੌਤ ਹੋਈ ਹੈ, ਆਉਣ ਵਾਲੇ ਸਮੇਂ 'ਚ ਉਹਨੇ ਮੰਤਰੀ ਸੰਤਰੀ ਪਤਾ ਨਹੀਂ ਕੀ ਕੁਛ ਬਣਨਾ ਸੀ। 30 ਸਾਲ ਦੀ ਉਮਰ 'ਚ ਬੰਦਾ ਦਿੱਲੀ ਚੰਡੀਗੜ੍ਹ ਯੂਪੀ ਪੰਜਾਬ 'ਚ ਆਪਦਾ ਨਾਂ ਕਮਾ ਸਕਦਾ, ਅਤੇ ਆਉਣ ਵਾਲੇ ਦਿਨ ਦੂਰ ਨਹੀਂ ਸੀ ਜਦੋਂ ਵਿੱਕੀ ਦੇ ਅੱਗੇ ਪਿੱਛੇ ਗੱਡੀਆਂ ਹੋਣੀਆਂ ਸੀ। ਸੋ ਇੰਨੀਆਂ ਬੇਨਤੀਆਂ ਨਾਲ ਸਾਡੇ ਬੱਚੇ ਪੜ੍ਹਦੇ ਸੀ, ਉਹਨਾਂ ਨੂੰ ਆਪਦੇ ਪੁੱਤਰਾਂ ਨੂੰ ਕਹਿਣਾ ਉਹਨੇ, ਹੈ ਨਾ, ਕੋਈ ਨਹੀਂ ਭਤੀਜ, ਸਾਡੇ ਹੁੰਦਿਆਂ ਪਰਵਾਹ ਨਾ ਕਰਿਓ। ਅੱਜ ਉਹ ਸਾਨੂੰ ਉੱਥੇ ਕਹਿਣ ਵਾਲਾ ਵੀ ਪਰਵਾਹ ਨਾ ਕਰਿਓ ਕੋਈ ਦਿਸਦਾ ਨਹੀਂ, ਦਿਸਦਾ ਹਾਲਾਂਕਿ ਕੋਈ ਮੇਰੇ ਨਾਲੋਂ ਵੱਧ ਯਾਰ ਉਹਦੇ ਬੈਠੇ, ਮੁਕਤਸਰ ਜੀ ਬਹੁਤ ਵੱਧ ਯਾਰ ਹੈ, ਜਿੰਨੇ ਆਪਣੇ ਬਾਈ ਰੋਜੀ ਦੀ ਟੀਮ ਹੈ ਸਾਰੇ ਉਹਦੇ ਵੱਧ ਯਾਰ ਹੈ। ਮਲਿਕ, ਤੁਹਾਨੂੰ ਇਹ ਕਹਿਣ ਵਾਲਾ ਬਈ ਚੰਡੀਗੜ੍ਹ ਕੰਮ ਹੋਇਆ, ਦੱਸੀ ਫੋਨ ਕਰਕੇ ਤੈਨੂੰ ਵਾਪਸ ਕਾਲ ਆਊਗੀ। ਕਦੇ ਮਨ 'ਚ ਨਹੀਂ ਆਇਆ ਸੀ 20 ਸਾਲ ਦੇ ਜਦੋਂ ਆਪਦਾ ਪਿਤਾ ਗੁਜ਼ਰ ਗਿਆ, ਪਰਵਾਹ ਨਹੀਂ ਮੰਨੀ ਸੀ ਯਾਰ। ਪਰ ਜਦੋਂ ਕੋਈ ਤੁਹਾਡੇ ਯਾਰ ਕਵੇ ਨਾ ਬਈ ਮੇਰੇ ਹੁੰਦਿਆਂ ਪਰਵਾਹ ਨਾ ਸਮਝੀ, ਉਹ ਬੰਦਾ ਚਲਾ ਜਾਵੇ। ਪਹਿਲਾਂ ਮਰਾੜ ਯਾਰ ਸਾਡਾ ਪਿਛਲੇ ਸਾਲ ਤੁਰ ਗਿਆ, ਗੋਲਾ ਯਾਰ ਤੁਰ ਗਿਆ, ਯਾਰ ਬਹੁਤ ਔਖੇ ਮਿਲਦੇ ਬਾਈ ਜੀ, ਬੈਟਰੀ ਲੈ ਕੇ ਤੁਰੇ ਫਿਰੋ। ਇਸ ਮੁਲਕ 'ਚ ਚੰਗੇ ਯਾਰ ਬੈਟਰੀ ਵਾਲਿਆਂ ਨਹੀਂ ਮਿਲਦੇ। ਪਾਰਟੀਆਂ ਨੂੰ ਵਰਕਰ ਮਿਲ ਜਾਂਦੇ ਆ ਕਿਉਂਕਿ ਬਹੁਤ ਵੱਡਾ ਦਾਇਰਾ ਹੁੰਦਾ, ਪਰ ਯਾਰ ਨੂੰ ਯਾਰ ਨਹੀਂ ਮਿਲਦੇ ਜਿਹੜੇ ਇੱਕ ਦੂਜੇ ਦੀ ਖਾਤਰ ਜਾਨ ਦਿੰਦੇ ਆ। ਸੋ ਜਿੰਨੇ ਵਿੱਕੀ ਦੇ ਯਾਰ ਹੈ ਸਾਰਿਆਂ ਨੂੰ ਭਰਾਵੋ, ਪਰਮਾਤਮਾ ਤੁਹਾਨੂੰ ਵੀ ਹੌਸਲਾ ਦੇਵੇ। ਕੱਲ੍ਹ ਉੱਥੇ ਘਰ ਭਰਿਆ ਹੋਇਆ ਸੀਗਾ, ਇੰਨੇ ਯਾਰ ਬੈਠੇ ਸਾਰੇ ਪਾਰਟੀਆਂ ਦੇ ਯਾਰ, ਨਹੀਂ ਬੰਦਾ ਇੱਕ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਧੁਰਾ ਸੀ ਉਹ ਚੰਡੀਗੜ੍ਹ ਦਾ, ਅਤੇ ਕਹਿੰਦਾ ਮੈਂ ਤਾਂ ਦੂਜੇ ਨੂੰ ਬੁਲਾਉਂਦਾ ਹੀ ਨਹੀਂ, ਹਰ ਬੰਦੇ ਨਾਲ ਉਹਦੀ ਫੋਟੋ, ਹਰ ਬਹੁਤ ਔਖਾ। ਇੰਨੀਆਂ ਬੇਨਤੀਆਂ ਨਾਲ ਮੇਰੀ ਤਾਂ ਇੰਨੀ ਅਪੀਲ ਆ ਵੀ ਜਿੰਨਾ ਚਿਰ ਉਹਦਾ ਨਹੀਂ ਅੱਗਾ ਪਿੱਛਾ ਪਤਾ ਲੱਗਦਾ, ਆਪਾਂ ਕਾਹਨੂੰ ਕਿਸੇ ਦੀ ਮੌਤ ਖਰਾਬ ਕਰਨੀ। ਯੂਥ ਨੂੰ ਬਹੁਤ ਦਰਦ ਆਇਆ ਉਹ ਲੱਡੂਆਂ ਵਾਲੀ ਫੋਟੋ 'ਤੇ ਵੀ, ਉਹਦਾ ਵੀ ਲੱਡੂ ਖਰੀਦਣੇ ਨਹੀਂ ਚਾਹੀਦੇ ਸੀ, ਜਿਹਨੇ ਲੱਡੂ ਖਰੀਦੇ ਆ ਪਤਾ ਨਹੀਂ ਕੀ ਸੋਚ ਕੇ ਖਰੀਦੇ, ਕਿਵੇਂ ਉਹਦਾ ਬਟੂਆ ਬਾਹਰ ਆ ਗਿਆ ਪੈਸੇ ਕੱਢਣ ਵਾਸਤੇ।
ਜਿਹਦੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਯਾਰ ਹੁਣ ਲੀਡਰ ਦਾ ਕੀ ਕਸੂਰ ਹੈ, ਲੀਡਰ ਤਾਂ ਅੱਗੇ ਖੜਾ ਉਹਦੇ ਅੱਗੇ ਕੁਛ ਕਰ ਦਿਓ। ਪਰ ਸਭ ਤੋਂ ਵੱਡੀ ਗੱਲ ਆ ਜਿਹੜੀ ਆਪਾਂ ਸੋਚਣਾ ਹੁੰਦਾ ਵੀ ਕੀ ਕਰਨਾ। ਇੰਨੀਆਂ ਬੇਨਤੀਆਂ ਨਾਲ ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਯਾਰ ਨੂੰ ਸੱਚੀ ਸਮਝ ਆਉਂਦੀ ਹੈ। ਬਜ਼ੁਰਗ ਉਹਦੀ ਮਾਤਾ ਨੂੰ ਕੋਈ ਪਤਾ ਨਹੀਂ, ਉਹ ਕਹੀ ਜਾਂਦੀ ਹੈ ਵਿੱਕੀ ਕਦੋਂ ਆਊਗਾ। ਵਿੱਕੀ ਆਊਗਾ ਨਾ, ਨਹੀਂ ਆਉਂਦਾ ਮਾਤਾ, ਨਹੀਂ ਆਉਂਦਾ। ਬਸ ਸਿਰੀ ਵਿਚਾਰਾ ਰੋਈ ਜਾਂਦਾ ਹੁੰਦਾ ਬਾਈ, ਆਉਂਦਾ ਜੱਫੀਆਂ ਪਾ ਪਾ ਮਿਲਦਾ ਸੀ। ਚਲੋ ਚੰਗਾ ਵੀਰੋ, ਦਰਦ ਸੀ ਦਿਲ ਚ ਬਿਆਨ ਕਰਤਾ, ਪਰਮਾਤਮਾ ਉਹਦੇ ਭਰਾ ਨੂੰ ਤਾਕਤ ਬਖਸ਼ੇ। ਔਰ ਸੱਚੀ ਇਹ ਹੈ ਜਿੰਨੇ ਤੁਸੀਂ ਉਹਦੇ ਯਾਰ ਹੈ ਹੁਣ ਉਹਦੀ ਭਰਾ ਦੀ ਪਿੱਠ ਤੇ ਜ਼ਰੂਰ ਖੜੇ ਹੋ ਜਾਓ, ਕਿਉਂਕਿ ਉਹ ਬੰਦਾ ਭਗਤ ਬੰਦਾ ਸੱਚੇ ਯਾਰ, ਯਾਰਾਂ ਦੀਆਂ ਬਾਹਾਂ ਹੁੰਦੇ ਆ ਤੇ ਉਹਦੇ ਭਰਾ ਦੀ ਪਿੱਠ ਤੇ ਖੜਨਾ ਤੁਹਾਡਾ ਸਾਡਾ ਸਾਰਿਆਂ ਦਾ ਫਰਜ਼ ਆ। ਜਿੱਥੇ ਪਾਰਟੀ ਉਹਦੇ ਨਾਲ ਖੜੀ ਹੈ, ਬਾਦਲ ਪਰਿਵਾਰ ਖੜਾ, ਮਜੀਠੀਆ ਪਰਿਵਾਰ ਖੜਾ, ਉੱਥੇ ਤੁਸੀਂ ਮੈਂ ਸਾਰੇ ਜਿੰਨੇ ਜੋਗੀ ਹੈਗੇ ਭਰਾਓ, ਕੋਈ ਕਿਸੇ ਨੂੰ ਘਰੋਂ ਦਾਣੇ ਦਾ ਸਿੱਟਦਾ ਨਹੀਂ ਫਿਰਦਾ। ਜਿਵੇਂ ਉਹ ਹੌਂਸਲਾ ਦਿੰਦਾ ਸੀ ਵੀ ਅਸੀਂ ਤੁਹਾਡੇ ਨਾਲ ਹੈ, ਅਤੇ ਅਸੀਂ ਆਪਣਾ ਫਰਜ਼ ਬਣਦਾ ਯਾਰੀਆਂ ਨਿਭਾਉਣ ਦਾ। ਕੱਲ੍ਹ ਉੱਥੇ ਜਿਹੜੇ ਯਾਰ ਬੈਠੇ ਸੀ ਉਹਦੇ ਵਿੱਕੀ ਦੇ ਭੀਮ ਹੋਇਆ ਬਾਈ, ਔਰ ਬਹੁਤ ਬੰਦਿਆਂ ਦੇ ਕਿੱਥੇ ਦਗ ਦਗ ਕਰਦੇ ਚਿਹਰੇ ਸੀ, ਕਿੱਥੇ ਬਾਈ ਉਹਨਾਂ ਨੂੰ ਗੱਲ ਨਹੀਂ ਆਉਂਦੀ ਸੀ। ਸੱਚਾ ਯਾਰ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਮਿਲਦੇ ਆ ਬਾਈ, ਚੂਤਕੀਆਂ ਤੁਰੇ ਫਿਰਦੇ ਇੱਥੇ, ਪਤਾ ਨਹੀਂ ਕਦੋਂ ਤੁਹਾਡੀ ਪਿੱਠ ਲਵਾ ਦੇਣੀ ਕਿਸੇ ਨੇ। ਪਰ ਮਾਣ ਹੁੰਦਾ ਯਾਰ ਦੀ ਯਾਰੀ 'ਤੇ। ਸੋ ਜਿੰਨੇ ਸੋਈ ਵਾਲੇ ਵੀਰ ਹੈ, ਉਹਦੇ ਚਾਹੁਣ ਵਾਲੇ ਵੀਰ ਹੈ, ਉਹਦਾ ਭੋਗ ਹੈ, ਅੰਤਮ ਅਰਦਾਸ ਹੈ। ਵੱਧ ਚੜ੍ਹ ਕੇ ਆ ਕੇ ਉਹਦੇ ਮੰਮੀ ਡੈਡੀ ਅਤੇ ਭਰਾ ਨੂੰ ਅਤੇ ਯਾਰਾਂ ਨੂੰ ਹੌਂਸਲਾ ਦਿਓ। ਤੁਹਾਡਾ ਦਿੱਤਾ ਹੋਇਆ ਹੌਂਸਲਾ ਹੀ ਉਹ ਪਰਿਵਾਰ ਨੂੰ ਸੱਚੀ ਢਾਹ ਲਾਊਗਾ। ਅੱਗੋਂ ਢਾਹ ਲਾਉਣ ਦਾ ਮਤਲਬ ਵੀ ਪਿੱਛੋਂ ਧੱਕਾ, ਤਾਂ ਦੂਜੇ ਨਾਲ ਸਮਝ ਲਿਆ ਜੇ। ਰਿਹਾ ਨਹੀਂ ਗਿਆ ਗਾ, ਉਬਲੀ ਜਾਂਦਾ ਸੀਗਾ ਦਿਲ। ਜਵਾਕ ਆ ਮੇਰਾ ਕਹਿੰਦਾ ਡੈਡੀ, ਐਂ ਲੱਗਦਾ ਸੀ ਵੀ ਜਿਵੇਂ ਪਰਿਵਾਰ ਪਿੱਛੇ ਉੱਥੇ ਨਾਲ ਹੀ ਫਿਰਦਾ ਹੁੰਦਾ। ਅਤੇ ਜਿਹੜੀ ਉਹਦੀ ਖੂਬਸੂਰਤੀ ਸੀ ਵਿੱਕੀ ਦੀ ਰਾਜਨੀਤੀ ਦੀ, ਇਹ ਸੀ ਹਰ ਇੱਕ ਨੂੰ ਆਪਣਾ ਬਣਾਉਣਾ। ਬਹੁਤ ਹੁਣ ਅਸੀਂ ਵੀ ਰਾਜਨੀਤੀ ਛੋਟੀ ਮੋਟੀ ਕਰਦੇ ਹਾਂ, ਜੇ ਕੋਈ ਵੋਟ ਪਾਉਣ ਦਾ ਤਾਂ ਉਹ ਆਪਣਾ ਹੋ ਗਿਆ, ਜਿਹੜਾ ਨਹੀਂ ਪਾਉਂਦਾ ਉਹਦੇ ਨਿਆਣੇ ਕੱਢੀ ਦੇ ਆ। ਇਹ ਕੋਈ ਰਾਜਨੀਤੀ ਨਹੀਂ, ਰਾਜਨੀਤੀ ਉਹ ਹੈ ਜਿਹੜੀ ਅੱਜ ਪਿੱਛੋਂ ਦੂਜੇ ਵਿਰੋਧੀ ਵੀ ਕੈਂਡਲ ਮਾਰਚ ਕਰਕੇ ਅਤੇ ਸੱਚੀ ਸ਼ਰਧਾਂਜਲੀ ਦੇ ਰਹੇ ਆ। ਇਹ ਹੁੰਦੀਆਂ ਰਾਜਨੀਤੀਆਂ ਅਤੇ ਯਾਰੀਆਂ ਚੰਗੇ ਬੰਦਿਆਂ ਨਾਲ, ਝੀਂਡਾਲੀ ਪਰਿਵਾਰ ਨਾਲ, ਗੁੱਗੂ ਗਿੱਲ ਨਾਲ। ਮੈਂ ਤਾਂ ਵੇਖੀ ਨਹੀਂ ਵੀ ਕਿਹੜੇ ਨਾਲ ਉਹਦੀ ਯਾਰੀ ਨਹੀਂ, ਸਾਰੀਆਂ ਪਾਰਟੀਆਂ ਨਾਲ ਸਾਰੇ ਯਾਰ ਹੁੰਦੇ। ਚਲੋ ਠੀਕ ਹੈ ਦੋਸਤੋ, ਮੇਰੇ ਨਾਲੋਂ ਵੱਧ ਤੁਹਾਡਾ ਯਾਰ ਸੀ ਉਹ। ਸਾਡਾ ਤਾਂ ਉਮਰ ਦਾ ਵੀ ਫਰਕ ਸੀ, 15-18 ਸਾਲਾਂ ਦਾ ਵੱਡੇ ਸੀ, ਅਸੀਂ ਕਦਰ ਕਰਦਾ ਸੀ।